पिंड पक्की टिब्बी दे किसान ने वाही 3 एकड़ कनक। किसान ने कहा ए ता सिर्फ ट्रेलर है, फिल्म ता हुण विखावांगे। केंद्र सरकार वालों लागू किए जा रहे किसान विरोधी कानूनों नूं लैके किसानों का संघर्ष लगातार जारी है। इस दे विरोध विच ही पिंड पक्की टिब्बी दे किसान महिमा सिंह ने अपनी 3 एकड़ कणक की फसल वाह के संकेतक संघर्ष का ऐलान कर दिता है। महिमा सिंह ने कहा कि यह तो सिर्फ मोदी नूं ट्रेलर ही दिखाया है, जेकर लोड़ पई तो पूरी दी पूरी फिल्म भी दिखा देवांगे। उन्हां नाल ही कहा कि साडा जी नहीं करदा सी इस तरह करन नूं, क्योंकि पुत्तां वांग पाली हुई फसल नूं वाहुणा बहुत औखा है, परंतु संघर्ष दे लई इह संदेश देना बहुत जरूरी सी। महिमा सिंह ने कहा कि उस दे कोल 6 एकड़ जमीन है, जिस दे विचों उसने 3 एकड़ वाह दित्ती है। दूसरे पासे महंगाई वधी हुई है, पर सरकार किसे पासे भी ध्यान नहीं दे रही, जिस कारण हर वर्ग दे लोक परेशान हन। इस दौरान इकट्ठे हुए किसानां ने मोदी सरकार दे खिलाफ नारेबाजी भी कीती अते कहा कि सरकार नूं इह कानून जल्द तो जल्द वापस ले लेने चाहिए हन, अते जेकर अजिहा ना कीता गया तां ओह संघर्ष नूं किसे भी पद्धर तक लैके जा सकदे हन, जिस लई इह इक संकेत ही दिता गया है। असीं रोज़ कर रहे हैं इस गौरमेंट अगे प्रगट भी साडी आवाज़ सुनी जाए, जिहड़े काले कानून लियांदे ने 3 इह रद्द कीते जाण, तां जो साडे आउण वाली भविख दी जिहड़ी साडी जनरेशन आउण वाली जनरेशन है ਉਹ ਸਕੂਨ ਦੀ ਜ਼ਿੰਦਗੀ ਜਿਉ ਸਕਣ, ਨਾ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ। ਸੋ ਅਸੀਂ ਆਪਦੀ ਆਵਾਜ਼ ਬੁਲੰਦ ਕਰ ਰਹੇ ਹਾਂ, ਆਵਾਜ਼ ਨਾਲ ਹੁੱਜਾ ਮਾਰ ਰਹੇ ਹਾਂ ਗੌਰਮੈਂਟ ਨੂੰ, ਸਰਕਾਰ ਨੂੰ, ਕਿ ਜਾਗੇ ਇਹ ਕਾਨੂੰਨ ਰੱਦ ਕਰੇ ਅਤੇ ਅਸੀਂ ਵੀ ਆਪਦੇ ਘਰਾਂ ਨੂੰ ਸੁਖੀ ਆਪਦੇ ਬਜ਼ੁਰਗਾਂ ਨੂੰ ਲੈ ਕੇ ਆਈਏ ਵਾਪਸ ਪਿੰਡਾਂ 'ਚ, ਜੋ ਕਿ ਦਿੱਲੀ ਅੰਦੋਲਨ ਕਰ ਰਹੇ ਨੇ। ਕਿੰਨੇ ਪਹਿਲੀ ਜਿਹੜੀ ਤੁਸੀਂ ਅੱਜ ਵਾਹੁਣ ਜਾ ਰਹੇ ਹੋ? 3 ਏਕੜ ਵਾਈ ਜੀ, ਮੇਰੇ ਕੋਲ 6 ਏਕੜ ਜ਼ਮੀਨ ਆ। ਸਾਡਾ ਫਰਜ਼ ਬਣਦਾ ਜੀ ਮੈਸੇਜ ਪਹੁੰਚਾਉਣਾ, ਇਹ ਤਾਂ ਸਰਕਾਰ ਨੇ ਦੇਖਣਾ ਵੀ ਨਾ ਕੀ ਕਰਨਾ। ਅਸੀਂ ਆਪਦਾ ਅੰਦੋਲਨ ਜਾਰੀ ਰੱਖਾਂਗੇ, ਜਿੰਨਾ ਵੀ ਵੱਧ ਤੋਂ ਵੱਧ ਵੱਧ ਚੜ੍ਹ ਕੇ ਅਸੀਂ ਹਿੱਸਾ ਪਾਵਾਂਗੇ। ਅਤੇ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਅਸੀਂ ਆਪਦੀ ਖੜੀ ਕਣਕ ਫਸਲ ਵਾਹ ਦਿੱਤੀ ਹੈ, ਜੇ ਹੋਰ ਵੀ ਲੋੜ ਪਈ ਤਾਂ ਵਾਹਾਂਗੇ, ਕੁਰਬਾਨੀ ਦੇਵਾਂਗੇ, ਕੁਰਬਾਨੀ ਦੇਣੀ ਆ, ਜਥੇਬੰਦੀਆਂ ਹੁਕਮ ਕਰਨੀਆਂ ਜੋ ਉਸ 'ਤੇ ਅਸੀਂ ਨਿਤਰਾਂ ਖਰੇ ਉਤਰਾਂਗੇ। ਦੇਖੋ ਮੈਂ ਨਹੀਂ ਚਾਹੁੰਦਾ ਵੀ ਸਾਰੇ ਕਿਸਾਨ ਇਸ ਤਰ੍ਹਾਂ, ਆਪਾਂ ਸਿਰਫ ਮੈਸੇਜ ਪਹੁੰਚਾਉਣਾ, ਦੇਖਾਂਗੇ ਜੇ ਨਾ ਮੈਸੇਜ ਪਹੁੰਚੇਗਾ ਤਾਂ ਫਿਰ ਇਸ ਨੂੰ ਹੋਰ ਵੀ ਅਗਲੇਰਾ ਸਟੈਪ ਆਪਾਂ ਚੱਕਾਂਗੇ। ਮੇਰਾ ਨਾਂ ਹੈਗਾ ਜੀ ਰਖਬੀਰ ਸਿੰਘ ਸੰਧੂ, ਪਿੰਡ ਪੱਕੀ ਟਿੱਬੀ। ਜਿਹੜੀ ਆ ਕਣਕ ਵਾਹ ਰਹੇ ਹਾਂ ਇਹ ਕਾਲੇ ਕਾਨੂੰਨ ਵਾਸਤੇ ਵਾਹ ਰਹੇ ਹਾਂ, ਇੱਕ ਮੈਸੇਜ ਦੇ ਰਹੇ ਹਾਂ ਸਾਡੀਆਂ ਜਥੇਬੰਦੀਆਂ ਦਾ ਸੀਗਾ ਵੀ ਇਹਨਾਂ ਨੂੰ ਮੋਦੀ ਸਾਹਿਬ ਹੋਰਾਂ ਨੂੰ ਜਗਾਓ, ਜਿਵੇਂ ਵੀ ਜਾਗਿਆ ਜਗਾਇਆ ਜਾਂਦਾ ਹੈ ਉਹ ਮੈਸੇਜ ਅਸੀਂ ਕਰਕੇ ਵਾਹ ਰਹੇ ਹਾਂ ਜੀ ਜਥੇਬੰਦੀਆਂ ਦੇ ਕਹਿਣ 'ਤੇ। ਨਹੀਂ ਸਹੀ ਤਾਂ ਨਹੀਂ ਜੀ, ਪੁੱਤਾਂ ਵਾਂਗੂ ਪਾਲੀ ਆ, 4 ਮਹੀਨੇ ਹੋ ਗਏ ਆ, ਪਰ 6 ਮਹੀਨੇ ਹੋ ਗਏ ਸਾਨੂੰ ਧਰਨਿਆਂ 'ਤੇ ਬੈਠਿਆਂ ਨੂੰ ਕੋਈ ਸੁਣਵਾਈ ਨਹੀਂ ਹੋ ਰਹੀ, ਦੋ ਹੀ ਦਿਮਾਗ ਚੱਲਦੇ ਪਏ ਆ ਅਮਿਤ ਸ਼ਾਹ ਅਤੇ ਮੋਦੀ, ਇਹਨਾਂ ਨੂੰ ਜਗਾਉਣ ਵਾਸਤੇ ਮੈਸੇਜ ਲਾਇਆ ਜੀ। ਨਹੀਂ ਨਾ ਹੋਵੇ ਅਸੀਂ ਤਾਂ ਫਿਰ ਗਰਮੀ ਦੀਆਂ ਵੀ ਤਿਆਰੀਆਂ ਖਿੱਚ ਰਹੇ ਹਾਂ, ਠੀਕ ਨੇ, ਕੂਲਰ ਪੱਖਿਆਂ ਦਾ ਇੰਤਜ਼ਾਮ ਕਰ ਰਹੇ ਹਾਂ, ਸਾਡੀਆਂ ਟਰਾਲੀਆਂ ਉੱਥੇ ਆ, ਬੰਦੇ ਸਾਡੇ ਉੱਥੇ ਆ, 10 ਆ ਰਹੇ ਆ, ਠੀਕ ਨੇ, ਇਹ ਲੰਮਾ ਚਲੋ ਜਿੰਨਾ ਵੀ ਚੱਲੂਗਾ ਅੰਦੋਲਨ ਚਲਾਵਾਂਗੇ, ਬਾਕੀ ਅੰਨ ਪਾਣੀ ਵੀ ਚਾਹੀਦਾ ਸਾਨੂੰ, ਠੀਕ ਨੇ ਜੀ, ਬਾਕੀ ਰੱਖਾਂਗੇ ਸਾਂਭ ਕੇ ਵੀ, ਇਹ ਤਾਂ ਇੱਕ ਮੈਸੇਜ ਆ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ। ਜਦੋਂ ਅਸੀਂ ਕਾਲੇ ਕਾਨੂੰਨ ਜ਼ਿਮੀਦਾਰ ਲੈ ਹੀ ਨਹੀਂ ਰਹੇ, ਕਿਉਂ ਥਾਪੇ ਜਾ ਰਹੇ ਆ? ਕਾਰਪੋਰੇਟ ਘਰਾਣੇ ਵਾਸਤੇ ਕਰ ਰਿਹਾ ਮੋਦੀ ਸਾਹਿਬ, ਰੋਜ਼ ਦੀ ਰੋਜ਼ ਡੀਜ਼ਲ ਚੁੱਕੀ ਜਾ ਰਿਹਾ, ਰੋਜ਼ ਦੀ ਰੋਜ਼ ਪੈਟਰੋਲ ਚੁੱਕੀ ਜਾ ਰਿਹਾ, ਠੀਕ ਨੇ, ਮਜ਼ਦੂਰ ਕਿੱਥੇ ਜਾਊਗਾ, ਆਮ ਗਰੀਬ ਸਬਜ਼ੀ ਤੋਂ ਵੀ ਤੰਗ ਆ, ਠੀਕ ਨੇ, ਇਸ ਕਰਕੇ ਮੈਸੇਜ ਸਾਡਾ ਹੈਗਾ ਬੰਦਾ, ਮੈਂ ਉਹ ਮੈਸੇਜ ਦਿੱਤਾ ਸੀ ਵੀ ਨਹੀਂ ਜੀ ਝੂਠਾ ਨਾ, ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ, ਸਰਕਾਰਾਂ ਲੋਕਾਂ ਦੀਆਂ ਚੁਣੀਆਂ, ਲੋਕਤੰਤਰ ਦੀ ਸਰਕਾਰ ਹੈ, ਅਤੇ ਲੋਕਾਂ ਨੂੰ ਆ ਕੇ ਆਪਦਾ ਲੋਕ ਪ੍ਰਦਰਸ਼ਨ ਕਰਨ ਦਾ, ਅੰਦੋਲਨ ਕਰਨ ਦਾ, ਪਰ ਉਹ ਸਮਝ ਨਹੀਂ ਰਹੇ ਦੋ ਜਣੇ। ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੂੰ ਖੇੜਾ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV।